ਰੰਗਾਂ ਦੇ ਨਾਲ ਜੁੜੀ ਹੋਈ ਦੁਨੀਆ ਸੰਸਾਰੀ ਰੰਗ ਤੱਕ ਰਹਿ ਜਾਏਗੀ। ਕੱਲਾ ਆਪਣਾ ਹੀ ਬਚਾਅ ਨਹੀਂ ਪੁੱਤਰੋ, ਤੁਸੀਂ ਤੇ ਦੁਨੀਆ ਦਾ ਬਚਾਅ ਕਰ ਸਕਦੇ। ਸ਼ਸਤਰਧਾਰੀ ਐਸਾ ਸਾਜਿਆ ਸਾਰਾ ਇਤਿਹਾਸ ਅੱਗੇ ਤੋਂ ਅੱਗੇ ਵੇਖੋ, ਅੱਜ ਇਹ ਵੀ ਗੁਰਮੁਖੋ ਪੀੜਾ ਹੈ। ਵੇਖੋ ਗਤਕਾ ਕੋਈ ਖੇਡ ਨਹੀਂ, ਖੇਡ ਦੁਨੀਆ ਦੀ ਕੋਈ ਵੀ ਹੋਵੇ ਖੇਡ ਹਮੇਸ਼ਾ ਝੂਠੀ ਹੁੰਦੀ ਆ। ਆਪਾਂ ਕਹਿੰਦੇ ਫਲਾਨੇ ਨੇ ਆ ਖੇਡ ਖੇਡੀ, ਗਤਕਾ ਕੋਈ ਖੇਡ ਨਹੀਂ। ਜੋ ਅੱਜ ਦਿਖਾਇਆ ਜਾ ਰਿਹਾ ਨਾ, ਮਾਰਸ਼ਲ ਆਰਟ ਕੀਤਾ ਗਿਆ, ਇਹ ਖੇਡ ਨਹੀਂ, ਇਹ ਗਤਕਾ ਹੀ ਨਾ ਰਹਿ ਗਿਆ। ਇਹ ਇੱਕ ਲੰਬਾ ਇਤਿਹਾਸ, 40 ਤੋਂ ਵੱਧ ਕਿਰਪਾਨਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਜੀਵਨ ਕਾਲ ਚ ਵਰਤੀਆਂ। ਅਸਤਰ ਕੀ ਹੁੰਦਾ, ਸ਼ਸਤਰ ਕੀ ਹੁੰਦਾ, ਅਸਤਰ ਔਰ ਸ਼ਸਤਰ ਕੀ ਹੁੰਦਾ, ਹਰ ਇੱਕ ਪੱਖ ਜਿਹੜਾ ਉਹ ਜ਼ਰੂਰੀ ਸੀ ਸਮਝਣ ਵਾਲਾ। ਕਈ ਕਈ ਘੜੀਆਂ ਗੁਰੂ ਕੇ ਲਾਲ ਤੇਗਾ ਚਲਾਉਂਦੇ। ਹੋਲੇ ਮਹੱਲੇ ਦੀ ਆਰੰਭਤਾ ਮਹਾਰਾਜ ਨੇ ਸੰਨ 1701 ਵਿੱਚ ਆਰੰਭ ਕੀਤੀ। ਉਹਦਾ ਮੂਲ ਕੀ ਰੱਖਿਆ, ਦੋ ਟੀਮਾਂ ਬਣਾਉਣੀਆਂ, ਦੋਵਾਂ ਟੀਮਾਂ ਦੇ ਆਪਸ ਵਿੱਚ ਜੰਗੀ ਕਰਤੱਵ ਹੋਣੇ। ਜਿਹੜੀ ਟੀਮ ਨੇ ਜਿੱਤ ਜਾਣਾ ਪਾਤਸ਼ਾਹ ਨੇ ਉਹਨੂੰ ਇਨਾਮ ਦੇ ਕੇ ਨਿਵਾਜਣਾ। ਆਪਸ ਵਿੱਚ ਜੰਗੀ ਅਭਿਆਸ ਰੱਖੇ, ਪਰ ਨਾਲ ਇਹ ਜ਼ਰੂਰ ਕਿਹਾ ਪੁੱਤਰੋ ਇਹ ਹੋਲਾ ਮਹੱਲਾ ਇਕੱਲਾ ਬਾਹਰ ਨਾ ਰਹਿ ਜਾਏ, ਪਹਿਲਾ ਪਾਖੇ ਤੇਰੇ ਜੀਵਨ ਵਿੱਚ ਭਗਤੀ ਜ਼ਰੂਰ ਹੋਵੇ। ਰੱਬੀ ਬਾਣੀ 'ਚ ਸੂਰਮਾ ਉਹਨੂੰ ਵੀ ਆਖਿਆ, ਜਾਕੋ ਹਰ ਰੰਗ ਲਾਗੋ ਇਸ ਯੁੱਗ ਮੈਂ ਸੋ ਕਹੀਅਤ ਹੈ। ਸੂਰਾ ਆਤਮ ਜਿਣੈ ਸਗਲ ਵਸ ਤਾਤੈ ਜਾਤਾ ਸਤਿਗੁਰ ਪੂਰਾ, ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਵੱਡ ਭਾਗਾ, ਮੈਲਾ ਕਦੇ ਨਾ ਹੋਵਈ ਨਾ ਲਾਗੈ ਦਾਗਾ। ਮਹਾਰਾਜ ਕਹਿੰਦੇ ਅੰਦਰ ਕਿੰਨਾ ਕੁ ਜਿੱਤਿਆ ਹੋ। ਮੈਂ ਥੋੜ੍ਹੇ ਜਿਹੇ ਅਗਲੇ ਇਤਿਹਾਸ ਦਾ ਪੱਖ ਕਵਾਂ, ਗੁਰਮੁਖੋ ਇਹ ਹੋਲੇ ਮਹੱਲੇ ਦੀ ਹੀ ਦੇਣ ਆ। ਹਿੰਦੁਸਤਾਨ ਦੀ ਧਰਤੀ ਨੂੰ 897 ਈਸਵੀ ਤੋਂ ਹਾਕਮ ਲੋਕਾਂ ਲੁੱਟਣਾ ਸ਼ੁਰੂ ਕੀਤਾ। ਇਸ ਧਰਤੀ ਨੂੰ ਹੈਂਡੀਕੈਪਟ ਲੋਕ ਵੀ ਲੁੱਟ ਗਏ। ਹੁਣ ਤੈਮੂਰ ਲਿੰਗ ਜਿਹੜਾ ਉਹ ਇੱਕ ਲੱਤ ਤੋਂ ਲੰਘਾ ਤੇ ਘੱਟੋ ਘੱਟ 12 ਵਾਰੀ ਹਿੰਦੁਸਤਾਨ ਲੁੱਟ ਗਿਆ। ਕਦੀ ਇੱਥੇ ਦੁਰਾਨੀ ਆਏ, ਕਦੀ ਅਬਦਾਲੀ ਆਏ, ਲੋਕਾਂ ਦਾ ਤੇ ਅਖਾਣ ਹੀ ਬਣ ਗਿਆ, ਖਾਧਾ ਪੀਤਾ ਲਾਹ ਦਾ ਤੇ ਬਾਕੀ ਅਹਿਮਦ ਸ਼ਾਹ ਦਾ। ਇਹ ਹਥਿਆਰਧਾਰੀ ਕੱਲੀ ਭਗਤੀ ਨਹੀਂ, ਮਹਾਰਾਜ ਸ਼ਕਤੀ ਦਿੱਤੀ ਜੇ ਦਰਾ ਖੈਬਰ ਦਾ ਰਾਹ ਰੋਕਿਆ, ਸੱਚ ਜਾਣਿਓ ਸਿਰਫ ਗੁਰੂ ਕੇ ਖਾਲਸੇ ਨੇ, ਕੋਈ ਨਹੀਂ ਰਾਹ ਰੁਕ ਸਕਿਆ। ਸੁਲਤਾਨ ਉਲ ਕੌਮ ਨਵਾਬ ਜੱਸਾ ਸਿੰਘ ਆਲੂ ਵਾਲੀਆ ਐਸਾ ਸਿੱਖਿਆ, 2200 ਹਿੰਦੁਸਤਾਨ ਦੀਆਂ ਬੱਚੀਆਂ ਨੂੰ ਅਹਿਮਦ ਸ਼ਾਹ ਅਬਦਾਲੀ ਕੋਲੋਂ ਛੁਡਾ ਕੇ ਲਿਆਉਂਦਾ। ਮਾਲਾ ਨਾਲ ਨਹੀਂ ਸੀ ਛੁਡਾਈਆਂ ਜਾਣੀਆਂ, ਸੱਚ ਜਾਣਿਓ ਮਾਲਾ ਫੇਰਨ ਵਾਲੇ ਬਹੁਤ ਸੀ ਪਹਿਲਾਂ। ਸਤਿਗੁਰੂ ਆਖਿਆ ਵੀ ਤੇਗ ਤੋਂ ਬਿਨਾਂ ਖੇਡ ਕੋਈ ਨਹੀਂ ਬਣਦੀ। ਸ਼ਸਤਰਧਾਰੀ ਜ਼ਰੂਰ ਹੋਵੋ, ਹਥਿਆਰ ਕੋਲ ਹੋਏਗਾ। ਔਰ ਬੜਾ ਪਿਆਰਾ ਇਤਿਹਾਸ ਨੇ ਇੱਕ ਹਵਾਲਾ ਲਿਖਿਆ, ਮੈਂ ਉਸ ਬੱਚੇ ਦਾ ਬਾਅਦ ਚ ਨਾਂ ਰੱਖਦਾ। ਇੱਕ ਲੌਤਾ ਪੁੱਤਰ ਰਹਿਣ ਵਾਲਾ ਪਿੰਡ ਕਾਲੇ ਕੇ ਜ਼ਿਲ੍ਹਾ ਸ਼ੇਖੂਪੁਰ, ਰੋਜ਼ ਵੇਖਣਾ ਵੀ ਕਦੀ ਇੱਕ ਦਿਨ ਛੱਡ ਕੇ ਕਦੀ ਦੋ ਦਿਨ ਛੱਡ ਕੇ ਬਾਪ ਨੇ ਘਰ ਆਉਣਾ ਤੇ 5-6 ਵਰ੍ਹਿਆਂ ਦਾ ਪੁੱਤ ਪੁੱਛਦਾ ਰੋਜ਼, ਮਾਂ ਬਾਪੂ ਕਿੱਥੋਂ ਆਇਆ। ਬਾਪੂ ਦਾ ਤੇ ਸਾਰਾ ਚੋਲਾ ਖੂਨ ਨਾਲ ਲਿਬੜਿਆ ਹੋਇਆ, ਇੱਥੋਂ ਤੱਕ ਬਾਪੂ ਦੀ ਤੇਗ ਦਾ ਮਿਆਨ ਜਿਹੜਾ ਉਹ ਵੀ ਖੂਨ ਨਾਲ ਲਿਬੜਿਆ, ਤੇ ਮਾਂ ਬਾਪੂ ਦੇ ਸਰੀਰ ਤੇ ਕਈ ਵਾਰ ਫੱਟ ਵੀ ਬੜੇ। ਮਾਂ ਗਾਲਣਾ ਲੈ ਕੇ ਲਾ ਕੇ ਕਹਿਣਾ, ਪੁੱਤਰ ਤੇਰਾ ਬਾਪੂ ਬੜਾ ਸੂਰਮਾ ਹੈ, ਬੜਾ ਯੋਧਾ ਬਾਪੂ ਹੈ ਤੇਰਾ, ਪੁੱਤ ਇਹ ਕੌਮ ਦੀ ਬੜੀ ਵੱਡੀ ਸੇਵਾ ਕਰਕੇ ਆਇਆ।
मां ऐसी केड़ी सेवा जिदे नाल चोला खून ना लिबड़ जाए, शरीर नूं फट लग जाए, ये कैसा है, ये किदां दी सेवा। ते मां कहिंदी है, पुत जुलम नूं मिटाउणा, जुलम नूं खत्म करना, जालम नूं मिटाउणा, ये भगती दे नाल नाल शक्ति गुरु कलगियां वाले ने दित्ती। 8 साल दा पुत होया, अज सुनेहा मिलिया इस परिवार नूं भी भलियो, इस बच्चे दा बापू मैदाने जंग दे विच जूझदिया शहीद हो गया, बापू दा संस्कार होया, 9 साल दी उम्र होई इस बच्चे दी, ते जेड़ा गुर सिखाउंदा सी शक्ति दे तलवारबाजी नेजेबाजी, 9 वरिया दे पुत नूं लैके मां सरदार माली सिंह जिहड़ा उस वेले गतके दा उस्ताद सी उहदे कोल लैके मां चली गई। आखिया, उस्ताद जी इस बच्चे नूं वी इह गुर सिखाओ जिहड़े इहदे बापू ने सिखे। उस पुत नूं वेख के भाई माली सिंह कहिंदे ने, भैण जी सिर दा सुहाग सिर दा साईं, मैदाने जंग विच जूझदे आं, कौम दी आन ते शान लई चढ़ाई कर गया, शहीद हो गया, ये ते बच्चा बहुत छोटा है, मैं सिखा देंगा, सिखाउण दी कोई गल नहीं, पर जिन्हें ये सीखना है, भगती सीखनी है, शक्ति सीखनी है, हो सकता है कल नूं मैदाने जंग विच ये भी शहीद हो जाए। बड़ी प्यारी गल उस मां आखी, कहन लगी पवित्र हो जाएगा मेरा दुध ते मेरी कुक जे मेरा पुत भगती दे नाल नाल शक्तिवान भी हो जाए। वह 9 साल दे पुत्र दा नां सी सत्कारयोग सरदार कपूर सिंह, जिन्हों बाद विच नवाब कपूर सिंह कहा जाता है। बड़ा वड्डा कौम दा योधा सरदार होया, सरमाया साड़ी कौम दा, जिन्हें उस पक्ष नूं विचारिया, नाल मैं दूसरे पक्ष दा गुरमुखो होले महल्ले दा सिद्धांत साढ़े कोल हुंदा, ते दिल्ली दी धरती ते जो कुछ 84 च होया भावें सरकार वल्लों कराया गया, पर याद रखियो सिखां दे घरां दे विच किरपान हथियार की निकलना है, सिखां दे घर सोटे भी नहीं। तुसी अज भी जाओ दिल्ली, अज भी अल्लाह मेरे कहण दी गल नहीं, सीसगंज साहब गुरुद्वारे जाके किसी नूं भी पुछियो भी इत्थे 84 च की होया, तुहाडे चों बजुर्ग विद्वान जन बहुत बैठे संगत विच, उन्हां नूं बड़ा चंगी तरह पता है। सारी दिल्ली विच हमला हुंदा है, चेते रखियो सीसगंज साहब दे नेड़े नहीं कोई आ सके। जिन्ने सिख परिवार गुरुद्वारा सीसगंज च पहुंच गए ना, उत्ते कोई हमला नहीं होया, कारण उत्थे उस वेले एक काफला सुभावस निहंग सिंघां दा आया होया सी, अज वाले भंगी निहंग सिंह नहीं, जिहड़े सचमुच निहंग सिंह है, वो एक काफला बैठा है। एकदम उदन ही सवेरे रौला पिया भी इंदरा दा बदला लेना है, उन्हें गुरु के लाला अपने हथियार सांभे, सारे पासियों गुरुद्वारा सीसगंज साहब की घेराबंदी की। याद रखियो एक भी दिल्ली के किसी हाकम की बंदे की पुलिस की किसी की हिम्मत नहीं पई भी सीसगंज साहब के जिन्हें लोग बैठे किसी पर हमला बोलिया जाए, एक नूं एक फट नहीं लगे। कि पंजाब की धरती से हिंदू नहीं सी रहते, पंजाब बचिया, सच सी भी उन्हां कोल हथियार सी जरूर, भावें अज इस नूं बदल दिता, अज हथियार ब्याहां शादियां च चलाउण जोगे ते एक दूजे दे अपने सके भरावां दीआं हिक्कां विन्नण जोगे अज हथियार रह गए सिखां कोल। ये कौड़ा सच है, इहनूं समझणा पएगा। मैं 3-4 हवाले फिर इतिहास चों दिआं। एक वक्त आया दिल्ली दी धरती ते मुहम्मद शाह रंगीला दिल्ली दा बादशाह, दिन रात नशियां च डुबण वाला,
वैश्या बिरती दा मालक अफगान दी धरती तो चलिया चढ़िया जी, दोवें प्यो पुत नादर शाह ते नासर शाह अफगान तो चढ़े। अज भी दुनिया च सब तो वड्डी जिहड़ी कतलेआम आ दिल्ली दी वह नादर शाही कतलेआम मनी जांदी। नादर जदों चढ़िया तो मुहम्मद शाह रंगीला शराब पी के सुता है, साथियां ठाड़िया भी नादर आ रहा है। उस सुता कवे जी दिल्ली बहुत दूर आ, भी अजे नहीं आना उन्हें। पता उदन लगा जिदन दिल्ली की धरती से कतलेआम होया, उन्हें खूब लुटिया दिल्ली, सब कुछ लुट पुट के जदों रंगीले उत्ते कब्जा किया। चेते रखियो रंगीले ने अपनी बच्ची दे के अपनी जान छड़ाई। कह लगा मैं अपनी बच्ची का डोला अपनी पुत्री की शादी निकाह तेरे पुत ना करदा है, मेरी जान बख्श दे। इथों तक डिगया मुहम्मद शाह रंगीला। खैर जी नादर ने नासर शाह दे नाल उहदी पुत्री का अपने पुत नाल रिश्ता जोड़िया, निकाह हो गया। जदों जान लगे वापस ते नासर दियां सालियां ने रिश्ते चो लगदियां ने पुछिया वे नासर तेरा कुर्सी नामा की है। हुण नादर शाह 18-19 साल तक ते खुद भेडां चारदा रहा, बाद विच तेग चलाउणी आई, वक्त आया वह बादशाह हो गया। वह बाहर आ गया नासर। नादर कहण लगा लियांदा नहीं बेगम नूं जाणा नहीं, आखिया उहदे परिवार दियां बच्चियां मेरा कुर्सी नामा पुछदियां, मैं की दसां। कहण लगा तू की दसना, आखिया मैं पिता जी की दसा, अबा मैं ये दसा भी तू भेडा चारदा रहा। कहण लगा नहीं, योधियां दा कुर्सी नामा यह नहीं हुंदा, जाके कह मन मनासर मैं आ नासर, पिसरे नादर ते पोतिया नादर दा, नादर पिसरे वा शमशीर ते नादर पुत्रिया शमशीर दा तेग दा। खैर जी मुहम्मद शाह रंगीला मुकिया, वक्त दे नाल इसे धरती ते बैठा जी तैमूर अली। तैमूर खां भी उन्हूं कहिंदे सन, उहदे उत्ते फिर कब्जा किया जी रुहेल खां ने। बड़ा लोगों ने सुनिया सी भी तैमूर खां जिहड़ा उह बड़ा योधा है। हुण जदन कब्जा हो गया इहदी थां ते अल्फ खां बैठा है, उहने तैमूर दे घर दियां कुछ बच्चियां नूं कहा भी मेरे सामने नचो। उह नचण लगियां, इन्हें एक बोतल दे विच पानी पाया, उहदे च रंग पा के ना पेश यह किया भी मैं शराब पी रहा। शराब पी के वैसे ही ये नाटक करे भी मैं शराबी हो गया, अपनी हित दे उत्ते खंजर रख के ते ये जान के डिग पिया। उच्ची उच्ची करारे मारदा भी जिवें मैं सौ गया, पर तैमूर दियां बच्चियां नचदियां रहियां। रुहेल खां उठ के हसया, कहण लगा भी तुहाडे विच्चों जुरती मुक गई तैमूर वाली, तुसी सामने मेरे सुत्तियां भी नची जा रही हो, तुहाडे च किसे च हिम्मत नहीं पई। तैमूर दियां रगां दा खून आ तुहाडे च, किसे दी हिम्मत नहीं पई भी सुत्ता पिया है लागे खंजर पिया है, कम से कम हमला ही कर दिया। मारना हुंदा हमला ते करन जोगियां हुंदियां। कहण लगा मेरे राज नूं कोई नहीं खत्म कर सकता, अज ये साडी हालत ने। ध्यान देना वक्त ऐसा होवे दरा खैबर दा राह रोकिया गुरु के खालसे। फिर इतिहास दा मैनूं बोल दो चेते आए, कह मैं अखीरले बोला त्यां दिल्ली दी धरती कुतुब मीनार दे लागे दा इलाका जी महरौली, जिथे बाबा बंदा सिंह बहादुर शहीद होया। बाबा बंदा सिंह वेले एक आवाज दिती फरुखशीयर ने भी मैं सुनिया तुहाडे विच कोई बाज सिंह नां दा योधा है, कौन है बाज सिंह? हुण ते चलो
ਇਹ ਵੀ ਨਾਲ ਕਹਿਣਾ ਪਏਗਾ ਵੀ ਹੋਲਾ ਮਹੱਲਾ ਇੱਕੋ ਚੀਜ਼ ਦਾ ਪ੍ਰਤੀਕ ਨਹੀਂ। ਭਗਤੀ ਤੇ ਸ਼ਕਤੀ ਦੇ ਨਾਲ ਨਾਲ ਮਹਾਰਾਜ ਵੇਖੋ ਕੀ ਕੁਝ ਦਿੱਤਾ। ਤੁਸੀਂ ਪੁਰਾਣੇ ਨਾਂ ਪੜ੍ਹੋ ਸਿੱਖ ਕੌਮ ਦੇ, ਭਾਈ ਮੋਹਤਮ ਸਿੰਘ, ਅਜੀਤ ਸਿੰਘ, ਜੁਝਾਰ ਸਿੰਘ, ਜੋਰਾਵਰ ਸਿੰਘ, ਫਤਿਹ ਸਿੰਘ, ਚੜ੍ਹਦੀ ਕਲਾ ਵਾਲੇ ਨਾਂ। ਤੇ ਜਦੋਂ ਮਹਾਰਾਜ ਨੇ ਬਰਾਬਰਤਾ ਦਿੱਤੀ ਤੇ ਨਾਂ ਦੇ ਨਾਲ ਜੋੜਿਆ ਸਿੰਘ, ਇਹਨਾਂ ਦੇਸ਼ਾਂ ਦੇ ਵਿੱਚ ਕੀ ਹੋਇਆ ਵੀ ਹਰ ਇੱਕ ਦੇ ਨਾਂ ਨਾਲ ਸਿੰਘ ਜੁੜਿਆ। ਉਹ ਕਹਿੰਦੇ ਸਬ ਕਾਸਟ ਲਿਖੋ। ਹੁਣ ਸਬ ਕਾਸਟ ਇੱਕ ਬੰਦੇ ਦੀ ਤਿੱਕ ਨਹੀਂ, ਜੇ ਸੰਧੂ ਆ ਤੇ 100 ਹੀ ਸੰਧੂ ਆ, ਜੇ ਵਿਰਕੇ ਆ ਤੇ ਹਜ਼ਾਰਾਂ ਹੀ ਵਿਰਕੇ ਆ। ਧਿਆਨ ਦਿਓ, ਇਹ ਬਰਾਬਰਤਾ ਹੈ। ਪਰ ਦੂਜੇ ਪਾਸੇ ਸਾਡੇ ਗੁਆਂਢੀ ਲੋਕਾਂ ਦੇ ਕੀ ਨਾਂ ਸੀ? ਘਸੀਟਾ ਰਾਮ, ਰੁੜਦੂ ਰਾਮ, ਘਾਟੇ ਸ਼ਾਹ। ਬਜ਼ੁਰਗਾਂ ਨੂੰ ਪਤਾ ਵੀ ਇੱਦਾਂ ਦੇ ਨਾਂ ਸੀ ਸਾਡੇ ਜਿਹੜੇ ਦੂਜੇ ਲੋਕ ਸੀ। ਜਿਹਦਾ ਨਾਂ ਹੀ ਗੁਰਮੁਖੋ ਰੂੜੀ ਰਾਮ ਆ, ਉਹਨੇ ਕੀ ਤੇਗ ਫੜ ਕੇ ਲੜਨਾ? ਜਿਹਦਾ ਨਾਂ ਹੀ ਘਾਟੇ ਸ਼ਾਹ, ਉਹ ਕੀ ਵਾਅਦੇ ਦੀ ਗੱਲ ਕਰੇ? ਅੱਜ ਬੇਨਤੀ ਆ ਵੀ ਸਰੀਰ ਏਡੇ ਏਡੇ ਤੇ ਪੁੱਛਿਆ ਵੀ ਨਾਂ, ਇਹ ਨਾਂ ਪਿੰਕੀ, ਕਮਾਲ ਹੋ ਗਈ। ਅਸੀਂ ਨਾਂ ਕਿੱਦਾਂ ਦੇ ਰੱਖ ਰਹੇ? ਗੁਰਮੁਖੋ ਨਾਂ ਤੇ ਵਿੱਚ ਬੜੀ ਵੱਡੀ ਗੱਲ ਆ, ਜਿਹੜਾ ਗੁਰੂ ਦਾ ਬਖਸ਼ਿਆ ਨਾਂ ਹੋਵੇ। ਐਡਾ ਕੁ ਨਾਂ ਨਾ ਹੋਵੇ, ਸਰੀਰ ਵੇਖ ਕੇ ਆਸਾ ਆ ਜਾਵੇ ਵੀ ਆਹ ਕੀ ਹੈ। ਉਹ ਕਹਿਣ ਲੱਗਾ, ਸੁਣਿਆ ਬਾਜ ਸਿੰਘ ਆ ਕੋਈ, ਕੌਣ ਆ? ਉਹਦੇ ਹੱਥ ਪਿਛਾਂ ਕਰਕੇ ਬੰਨੇ, ਪੈਰਾਂ ਨੂੰ ਬੇੜੀਆਂ ਲੋਹੇ ਦੀਆਂ ਲਾਈਆਂ, ਸਰੀਰ ਸੰਗਲਾਂ 'ਚ ਜਕੜਿਆ ਹੋਇਆ। ਬਾਜ ਸਿੰਘ ਆਵਾਜ਼ ਦਿੱਤੀ, ਮੇਰਾ ਨਾਂ ਹੈ ਬਾਜ ਸਿੰਘ। ਆਖਿਆ ਵੀ ਬੜੇ ਕਿੱਸੇ ਸੁਣੇ ਤੇਰੇ, ਕੋਈ ਜੌਹਰ ਵਿਖਾ। ਕਹਿਣ ਲੱਗਾ, ਬਾਦਸ਼ਾਹ ਹੱਥ ਕੋਲ ਤੇ ਜੌਹਰ ਵਿਖਾ ਦਿੰਦੇ, ਕਿਹੜਾ ਭੁੱਲ ਗਿਆ ਹੱਥ ਤਲਵਾਰ ਚਲਾਉਣੀ। ਉਹ ਕਹਿਣ ਲੱਗਾ, ਜਾਂ ਇੱਕੋ ਹੀ ਹੱਥ ਖੋਲਿਓ, ਦੋਵੇਂ ਨਾ ਖੋਲਿਓ, ਵੇਖੀਏ ਇੱਕ ਹੱਥ ਨਾਲ ਕੀ ਕਰਦਾ। ਦੂਜੇ ਨੂੰ ਆਵਾਜ਼ ਦਿੱਤੀ, ਹਥਿਆਰ ਇਹਦੇ ਕੋਲ ਲੈ ਕੇ ਜਾਓ, ਵੇਖੀਏ ਕੀ ਕਰਦਾ। ਹਥਿਆਰਾਂ ਵਾਲਾ ਤਾਂ ਨਹੀਂ ਕੋਲ ਅਜੇ ਆਇਆ, ਇੱਕ ਹੱਥ ਭਾਈ ਬਾਜ ਸਿੰਘ ਦਾ ਖੋਲਿਆ। ਡਾਕਟਰ ਹਰਜਿੰਦਰ ਸਿੰਘ ਦਿਲਗੀਰ ਨੇ ਕਹਾਣੀ ਲਿਖੀ, ਉਹ ਕਹਿੰਦੇ ਇੱਕ ਹੱਥ ਬਾਜ ਸਿੰਘ ਦਾ ਖੋਲਿਆ, ਜਿਹੜਾ ਖੋਲਣ ਆਇਆ ਉਹਨੇ ਉਹਦੀ ਤਲਵਾਰ ਕੱਢ ਲਈ ਇੱਕ ਪਲ 'ਚ। ਛੇ ਜਣੇ ਕੋਲ ਖੜੋਤੇ, ਛੇ ਦੇ ਛੇ ਹੀ ਝਟਕਾ ਦਿੱਤੇ। ਫਰੋਖ ਸ਼ੇਰ ਉੱਠ ਕੇ ਕੁਰਸੀ ਤੋਂ ਭੱਜ ਗਿਆ, ਸਿੰਘਾਸਣ ਤੋਂ ਭੱਜ ਗਿਆ, ਫੜੋ ਇਹਨੂੰ। ਇਹਨਾਂ ਵੱਲ ਵੇਖ ਕੇ ਪਤਾ ਲੱਗਦਾ ਗੁਰੂ ਗੋਬਿੰਦ ਸਿੰਘ ਸੱਚੀ ਨਹੀਂ ਕਿਸੇ ਕੋਲੋਂ ਸੀ ਹਾਰਦਾ, ਜਿਹਦੇ ਕੋਲ ਇੱਦਾਂ ਦੇ ਯੋਧੇ ਹੋ, ਇੱਦਾਂ ਦੇ ਜੌਹਰ ਸੀ ਤੇਜ ਦੇ। ਫਰੋਖ ਸ਼ੇਰ ਦੂਜੀ ਗੱਲ ਕਹੀ, ਗਿਆਨੀ ਗਿਆਨ ਸਿੰਘ ਦੀ ਲਿਖਤ ਪੰਥ ਪ੍ਰਕਾਸ਼ ਦੀ, ਉਹ ਕਹਿੰਦਾ ਮੈਂ ਗੁਰੂ ਗੋਬਿੰਦ ਸਿੰਘ ਨੂੰ ਤੇ ਸਿੱਖਾਂ ਨੂੰ ਕਦੀ ਆਹਮਣੇ ਸਾਹਮਣੇ ਲੜਦਿਆਂ ਨਹੀਂ ਵੇਖਿਆ, ਭਾਵ ਸਿੱਖਾਂ ਨਾਲ ਮੈਂ ਦੋ ਹੱਥ ਨਹੀਂ ਅੱਜ ਤੱਕ ਕੀਤੇ, ਮੈਦਾਨੇ ਜੰਗ 'ਚ ਕਦੀ ਮੌਕਾ ਨਹੀਂ ਮਿਲਿਆ, ਮੈਨੂੰ ਵਿਖਾਓ ਸਿੱਖ ਕਿੱਦਾਂ ਲੜਦੇ ਆ। ਸਾਥੀਆਂ ਕਿਹਾ ਜੀ ਨਕਲ ਹੋ ਸਕਦੀ ਆ, ਕਹਿਣ ਲੱਗੇ ਨਕਲ 'ਚ ਹੀ ਸੱਦ ਲਓ। ਜਿਹੜੇ ਨਕਲਾਂ ਲਾਉਣ ਵਾਲੇ ਸੀ ਉਸ ਵੇਲੇ ਦੇ ਉਹ ਬੰਦੇ ਸੱਦੇ, ਉਹਨਾਂ ਸਿਰਾਂ ਉੱਤੇ ਦਸਤਾਰਾਂ ਸਜਾਈਆਂ, ਚੋਲੇ ਪਾਏ, ਢਾਲਾਂ ਪਾਈਆਂ, ਲੈ ਕੇ ਤੇਗਾ, ਕੋਈ ਤੀਰ ਕਮਾਨ, ਕੋਈ ਬਰਸ਼ਾ, ਘੋੜਿਆਂ ਤੇ ਸਵਾਰ ਹੋ ਕੇ ਜਦੋਂ ਨਕਲੀ ਜੰਗ ਲੜਨ ਲੱਗੇ ਨਾ, 20-25 ਸੂਰਮੇ ਫਰੋਕਸ਼ੀਅਰ ਦੇ ਨਕਲ 'ਚ ਕਰਦੇ ਮਾਰਦੇ। ਉਹਨੇ ਆਖਿਆ ਰੋਕੋ ਇਹਨਾਂ ਨੂੰ, ਮੈਂ ਤੇ ਸਿਰਫ ਇੰਨਾ ਕਿਹਾ ਸੀ ਵੀ ਦਿਖਾਓ ਕਿੱਦਾਂ ਲੜਦੇ ਆ, ਤੁਸੀਂ ਤਾਂ ਸੱਚੀ ਬੰਦੇ ਮਾਰ ਦਿੱਤੇ। ਫਿਰ ਉਹ ਕਹਿਣ ਲੱਗੇ ਵੀ ਇਹਦੇ 'ਚ ਸਾਡਾ ਦੋਸ਼ ਨਹੀਂ, ਅਸੀਂ ਤਾਂ ਉਹਨਾਂ ਵਰਗੇ ਨਾਂ ਰੱਖ ਕੇ ਆਪਣੇ, ਉਹਨਾਂ ਵਰਗੇ ਕੱਪੜੇ ਪਾ ਕੇ ਲੜੇ ਹਾਂ, ਸਾਨੂੰ ਨਹੀਂ ਪਤਾ ਸਾਡੇ ਵਿੱਚ ਜੁਰਤ ਕਿੱਥੋਂ ਆ ਗਈ, ਜਿਹੜਾ ਸੱਚੀ ਗੁਰੂ ਕਲਗੀਆਂ ਵਾਲੇ ਦਾ ਖਾਲਸਾ ਉਹ ਕਿਉਂ ਨਾ ਲੜ ਸਕਦਾ ਹੋਵੇਗਾ। ਗੁਰਮੁਖੇ ਉਹਨਾਂ ਤੇਗਾਂ ਦੀ ਗੱਲ ਆ, ਉਹਨਾਂ ਤੇਗਾਂ ਦੀ ਛਾਂ ਕਰਕੇ ਹੀ ਆ ਅੱਜ ਆਹ ਜਿਹੜੀਆਂ ਸੂਰਮਤਾਈਆਂ ਤੇ ਆਹ ਜਿਹੜੀਆਂ ਬਖਸ਼ਿਸ਼ਾਂ ਆਹ ਸਰਦਾਰੀਆਂ ਉਹਨਾਂ ਦੀਆਂ ਦਿੱਤੀਆਂ ਆ। ਇਹ ਤੇਗ ਨਾ ਰਾਜ ਮਿਲਿਆ ਗੁਰਮੁਖੋ, ਮਾਲਾ ਨਾ ਨਹੀਂ ਮਿਲਿਆ, ਇਕੱਲੀ ਭਗਤੀ ਵੀ ਦਿੱਤੀ, ਸ਼ਕਤੀ ਵੀ ਦਿੱਤੀ, ਤੇ ਅੱਜ ਉੱਥੇ ਤੇ ਰੌਲਾ ਹੀ ਇਹ ਪੈ ਰਿਹਾ। ਅਸੀਂ ਇਸ ਚੀਜ਼ ਨੂੰ ਵੱਡਾ ਸਮਝ ਰਹੇ ਹਾਂ ਜੀ ਵੀ ਦਮਾਲਾ ਵੱਡਾ ਕਿਹਨੇ ਸਜਾਇਆ। ਦਮਾਲਾ ਸਜਾਉਣਾ ਕੋਈ ਗਲਤ ਗੱਲ ਨਹੀਂ, ਗੁਰਮੁਖੋ 800 ਮੀਟਰ ਦਾ ਦਮਾਲਾ ਸਜਾ ਲਿਆ, ਕੀ ਬਹਾਦਰੀ ਕਰਦੀ ਇਹਦੇ 'ਚ, ਕੀ ਲੜੇਗਾ ਉਹ ਤਲਵਾਰ ਵੜ ਕੇ ਕਿਸੇ ਨਾਲ।
जी को धौनी ना सामभी गई। अज एक दूजे उत्ते तच्चे रंग सिट सिट के गुरु कलगिया वाले दे सिधांत नूं फिर रोलिया जा रहा। होला महला प्रतीक दिता सानू भगती ते शक्ति दा। लाहौर दा रहण वाला एक पठान सूरमा इतिहास ने उहदा नां लिखिया बाबा वजीद। उहदियां कवितावां प्लस टू दियां किताबां च अक्सर असीं पढ़दे आए हां। बड़ियां कवितावां उहदियां मशहूर सन। इकना दे कर पुत पुत्तां दे कर पोतरे, इकना दे कर ती धीआं कर दोतरे, इकना दे तारे को वी जाए मर। वजीदा कौण साहिब नूं आखे इंज नहीं इंज कर। उह वजीद बहुत वड्डा पठाणी सूरमा। मन नूं ठोकर लगी। अज उह किसे दे काफले विच इक साधां दे टोले च रल गया। साधुआं दे टोले नूं बदमाशां ने चोरां ने लुट लिया। वक्त दे हाकमां नूं पता लगा। सिपाही आए उन्हां तफदीश कीती भी किवें लुटिया गया, कौण कौण सी विच। कल्ले कल्ले दी परख कीती। जदों वजीद नूं वेख्या ना सिपाही बड़े हैरान होए। कहण लगे तूं पठान वजीद खां है? उन्हें आख्या हाँ। आख्या एडा वड्डा सूरमा जिदे सामने वड्डे वड्डे सूरमियां दे मूंह मुड़ जांदे, वो तेऊं टोले च होवे बदमाश लुट के लै जा। उन्हें गल बड़ी प्यारी आखी, किंदा जब खुते पुत्र पठान के तो देते दस्ते मोड़। अब शरण परो रघुनाथ की सके ना तिनका तोड़। कहिंदे उन्ना चिर सी जिद्दां दौड़िया च बल सी ते तेग वाहुंदे सी उदों ही गल बात सी। हुण ते जिंदगी उत्थे आ गई, इत्थे तीला नहीं भज के दोहरा आउंदा। साचिया गुरमुखो बाबे दा सिधांत चिट्टी सियोंक ने लुट लिया। आ इन्हां दिनां च मीडिया च वेख्या होणा तुसां बुलंदपुरी वाला बाबा, मैं बिल्कुल ना लैके कहां, उहदी ठाठ नकोदर दे विच मनाया जा रहा होला महला ते पाया जा रहा भंगड़ा। की गुरुद्वारे का यह सिद्धांत है? गुरमुखों लुटिया जा रहा। इन्हां चीजा तो दूर कर दिता। अज का साध ते इस संत जरनैल सिंह भी कहिंदा यह लड़ाइया पाउंदा सी जी। गुरमुखों उसे तेग का बालिया जिथे अज बैठे हैं ना, इहदा सारा पिछोकड़ वेखो। कौमां उही दुनिया ते जिउंदियां जिन्हां कौमां कोल शहीद हुंदे। इसलिए इह प्रतीक होला महला पहला अंदर दा रंग इन्ना होवे, जीवन इन्ना उच्चा चुकिया होवे, उह किसे दे धी पुत नूं मारी निगाह नाल नहीं वेखदा, उहनूं बचा के ते घरे छड के आउंदा। आही होला महला अंदर दा रंग इन्ना उच्चा हो गया। इहो जी माला इहो जी भगती महाराज ने दित्ती और वह जिन्हें पांच विकारा नूं जित लिया। रब दे नाम दा रंग चढ़िया और वह सच्चा रंग जिन्हू पातशाह कहिंदे ताया रंगण जे थी है प्यारे पाईए नाउ मजीट। रंगण वाला जे रंगे साहिब ऐसा रंग ना डीट, जिनके चोले रतड़े प्यारे तंत तिना कै पास, धूड़ तिना की जे मिले जी कहो नानक की अरदास। आपे साजे आपे रंगे आपे नदर करे, नानक तामण तंते पावे आपे ही रावे। ए अंदर दा रंग आ, बारी ते अंदर दी दुनिया दा एक श्लोक है, मैं समाप्ति करा। गुरु तेग बहादुर महाराज कहिंदे आ, भै काहू को देत नह नह भै मान त्यान, कहो नानक सुन रे मना ज्ञानी ताहे बखान। डरावना भी गुरु ने आखिया पाप आ, पर नाले क्या डरना भी पाप आ। सिख ना डरदा ना डरावदा आ, इसलिए भगती करके गुरमुखो अंदर ने जीवन नूं उच्चा चकीए। रंग चढ़े परमेश्वर दे नाम दा और बाहरी तौर ते जीवन दे विच शास्त्र जरूर होए। जिदा गुरु कलगियां वाले सतगुरु ने सानू धारनी बनाया, मालक कृपा करे तच्चिया रंगा तो जिंदगी उठ, प्रभु दे सच्चे रंग दे नाल जुड़ जाए।
सतगुरु दे घर दा बख्शिया सिद्धांत असी सारे उहदे धारनी हो सकीए। साहिब कृपा करन, विचार करदिआं होइआं बेअंत भुल्लां होइआं ने अणजाण बच्चा समझ खिमा कर देना जी। अंत गुर फतेह दी सांझ, वाहिगुरु जी का खालसा वाहिगुरु जी की फतेह।